वेलकम बैक ਤੁਹਾਡਾ ਹੈਰੀ ਮਡੇਰ ਫਿਟਨੈਸ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਆ ਕਾਰਬੋਹਾਈਡ੍ਰੇਟਸ ਬੈਸਟ ਕਾਰਬੋਹਾਈਡ੍ਰੇਟਸ ਕਿਹੜੀ ਆ ਮਸਲ ਗੇਨ ਲਈ ਬੈਸਟ ਕਾਰਬ ਕਿਹੜੇ ਨੇ ਜਿਵੇਂ ਆਪਾਂ ਪ੍ਰੋਟੀਨ ਦੀ ਗੱਲ ਕਰਦੇ ਹਾਂ ਕਿ ਆਹ ਚਿਕਨ ਬ੍ਰੈਸਟ ਆ ਇਹ 'ਚ ਕੰਪਲੀਟ ਪ੍ਰੋਟੀਨ ਹੁੰਦਾ ਇਹ ਬੇ ਪ੍ਰੋਟੀਨ ਆ ਇਹ 'ਚ ਕੰਪਲੀਟ ਪ੍ਰੋਟੀਨ ਹੁੰਦਾ ਠੀਕ ਆ ਉਦਾਂ ਹੀ ਜਿਹੜੇ ਕਾਰਬੋਹਾਈਡ੍ਰੇਟਸ ਵੀ ਨੇ ਇਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਉਹਦੀ ਅੱਜ ਆਪਾਂ ਡੀਪ ਗੱਲ ਕਰਨੀ ਆ ਮੰਨ ਲਓ ਹੁਣ ਦੇਖੋ ਚਿਕਨ ਬ੍ਰੈਸਟ ਦੇ ਵਿੱਚ ਆਪਾਂ ਕਹਿੰਦੇ ਵੀ ਜਿਹੜੀ ਚਿਕਨ ਬ੍ਰੈਸਟ ਆ ਉਹ ਜਿਹੜੀ ਪ੍ਰੋਟੀਨ ਦੀ ਬੈਸਟ ਫੂਡ ਆ ਕਿਉਂਕਿ ਉਹਦੇ ਵਿੱਚ ਫੈਟ ਨਹੀਂ ਹੁੰਦੀ ਉਹਦੇ ਵਿੱਚ ਕਾਰਬ ਨਹੀਂ ਹੁੰਦੇ ਓਨਲੀ ਪ੍ਰੋਟੀਨ ਹੁੰਦਾ 100 ਗ੍ਰਾਮ ਚਿਕਨ ਬ੍ਰੈਸਟ 'ਚ ਮੰਨ ਲਓ 22 ਜਾਂ 23 ਗ੍ਰਾਮ ਕੰਪਲੀਟ ਪ੍ਰੋਟੀਨ ਹੁੰਦਾ ਇੱਦਾਂ ਹੀ ਜਿਹੜੀ ਕਾਰਬੋਹਾਈਡ੍ਰੇਟਸ ਆ ਆਪਾਂ ਉਹ ਇੱਦਾਂ ਨਹੀਂ ਪਿੱਕ ਕਰਨੀ ਆ ਜਿਹੜੀ ਪ੍ਰੋਪਰ ਆਪਾਂ ਨੂੰ ਪਿਓਰ ਚੀਜ਼ ਕਾਰਬੋਹਾਈਡ੍ਰੇਟਸ ਹੋਵੇ ਜਿਵੇਂ ਹੁਣ ਮੰਨ ਲਓ ਫੈਟ ਲੈ ਲਓ ਫੈਟ ਹੈਲਦੀ ਕਿਹੜੀ ਵਧੀਆ ਆਪਾਂ ਕਾਓ ਦੇ ਦੇਸੀ ਘਿਓ ਨੂੰ ਹੈਲਦੀ ਫੈਟ ਮੰਨਦੇ ਹਾਂ ਜਾਂ ਫਿਰ ਤੁਸੀਂ ਓਲਿਵ ਆਇਲ ਨੂੰ ਮੰਨ ਲਓ ਐਕਸਟਰਾ ਵਰਜਨ ਨੂੰ ਜੇ ਹੁਣ ਆਪਾਂ ਦੇਖੀਏ ਘਿਓ ਅਤੇ ਐਕਸਟਰਾ ਵਰਜਨ ਓਲਿਵ ਆਇਲ ਦੇ ਵਿੱਚ ਕੋਈ ਪ੍ਰੋਟੀਨ ਨਹੀਂ ਕੋਈ ਕਾਰਬ ਨਹੀਂ 15 ml ਲਾ ਲਓ 15 ml ਦੇ ਵਿੱਚ 15 ਗ੍ਰਾਮ ਫੈਟ ਆ ਪਿਓਰ ਹੁਣ ਮਤਲਬ ਨੋ ਸ਼ੂਗਰ ਨੋ ਕਾਰਬ ਨੋ ਪ੍ਰੋਟੀਨ ਓਨਲੀ ਫੈਟ ਅਤੇ ਹੁਣ ਪ੍ਰੋਟੀਨ ਚਿਕਨ ਬ੍ਰੈਸਟ ਲਾ ਲਓ ਜੀਰੋ ਕਾਰਬ ਜੀਰੋ ਫੈਟ ਅਤੇ 24 ਗ੍ਰਾਮ ਪ੍ਰੋਟੀਨ ਜੀ ਪ੍ਰੋਟੀਨ ਦਾ ਬੈਸਟ ਫੂਡ ਆ ਅਤੇ ਹੁਣ ਕਾਰਬ ਲਾ ਲਓ ਫਿਰ ਕਾਰਬ ਕਿਹੜੇ ਬੈਸਟ ਹੋਣਗੇ ਜੇ ਤੁਸੀਂ ਛੋਲੇ ਖਾਂਦੇ ਹੋ ਛੋਲੇ ਦੇ ਵਿੱਚ ਤੁਹਾਨੂੰ ਛੋਲੇ ਦੇ ਵਿੱਚ ਤੁਹਾਨੂੰ ਕਾਰਬ ਵੀ ਮਿਲਦਾ ਫੈਟ ਵੀ ਮਿਲਦੀ ਆ ਪ੍ਰੋਟੀਨ ਵੀ ਮਿਲਦਾ ਇਹਦਾ ਮਤਲਬ ਉਹ ਪ੍ਰੋਪਰ ਬੈਸਟ ਜੋ ਕਾਰਬ ਦਾ ਫੂਡ ਨਹੀਂ ਹੈਗਾ ਜਿਹਨੂੰ ਆਪਾਂ ਮੇਨਲੀ ਪਿਓਰ ਕਾਰਬ ਦਾ ਫੂਡ ਲਾ ਕੇ ਮੰਨ ਕੇ ਚੱਲਦੇ ਹਾਂ ਫਿਰ ਆਪਾਂ ਗੱਲ ਕਰਾਂਗੇ ਜਿਹੜਾ ਬੈਸਟ ਕਾਰਬੋਹਾਈਡ੍ਰੇਟਸ ਆ ਉਹ ਕਿਹੜੀ ਆ ਸਵੀਟ ਪੋਟੈਟੋ ਜਿਹੜੇ ਸਵੀਟ ਪੋਟੈਟੋ ਜਾਂ ਰੈੱਡ ਪੋਟੈਟੋ ਨੇ ਇਹਨਾਂ ਨੂੰ ਮੈਂ ਰਾਈਸ ਤੋਂ ਬੈਟਰ ਕਾਰਬ ਸੋਰਸ ਮੰਨ ਕੇ ਚੱਲਦਾ ਜੇ ਹੁਣ ਤੁਸੀਂ ਮੰਨ ਲਓ ਚਾਹੇ ਸਿੰਪਲ ਆਲੂ ਨੇ ਚਾਹੇ ਤੁਹਾਡੇ ਕੋਲ ਰੈੱਡ ਪੋਟੈਟੋ ਨੇ ਚਾਹੇ ਸਵੀਟ ਪੋਟੈਟੋ ਨੇ ਉਹਦੀ ਨਿਊਟ੍ਰੀਸ਼ਨ ਤੁਸੀਂ ਦੇਖੇਂਗੇ ਉਹ 100 ਗ੍ਰਾਮ ਤੁਸੀਂ ਜੇ ਆਲੂ ਉਬਾਲਦੇ ਹੋ ਜੀਰੋ ਪ੍ਰੋਟੀਨ ਜੀਰੋ ਫੈਟ 20 ਗ੍ਰਾਮ ਪਿਓਰ ਕਾਰਬੋਹਾਈਡ੍ਰੇਟਸ ਉਹਨੂੰ ਕਹਿੰਦੇ ਨੇ ਕਿ ਕਾਰਬੋਹਾਈਡ੍ਰੇਟ ਦਾ ਪ੍ਰੋਪਰ ਗੁੱਡ ਫੂਡ ਕਿਉਂਕਿ ਹੋਰ ਕੋਈ ਚੀਜ਼ ਨਹੀਂ ਹੈਗੀ ਉਹਦੇ ਵਿੱਚ ਅਤੇ ਹੁਣ ਜਿਹੜੀ ਉਹਦੇ ਵਿੱਚ ਮੇਨ ਚੀਜ਼ ਆ ਉਹਦੇ ਬਾਰੇ ਗੱਲ ਕਰਨੀ ਆ ਕੰਪਲੀਟ ਪ੍ਰੋਟੀਨ ਦੇ ਵਿੱਚ ਅਮੀਨੋ ਹੁੰਦੇ ਨੇ ਨਾ ਆਪਾਂ ਕਹਿੰਦੇ ਛੋਲਾਂ ਦੇ ਵਿੱਚ ਕੰਪਲੀਟ ਪ੍ਰੋਟੀਨ ਨਹੀਂ ਹੈਗਾ ਜੀ ਵੀ ਮਤਲਬ ਕੰਪਲੀਟ ਜਿਹੜੇ 9 ਅਮੀਨੋ ਨੇ ਉਹ ਪ੍ਰੈਜੈਂਟ ਨਹੀਂ ਹੈਗੇ ਜਿਹੜੇ ਉਹਨੂੰ ਕੰਪਲੀਟ ਪ੍ਰੋਟੀਨ ਬਣਾਉਂਦੇ ਨੇ ਠੀਕ ਆ ਅਤੇ ਜਿਹੜੀ ਹੁਣ ਗੰਦੀ ਫੈਟ ਹੁੰਦੀ ਆ ਮੰਨ ਲਓ ਕਿ ਆਪਾਂ ਚੀਪ ਮਾੜੇ ਤੇਲ ਲੈ ਲਿਆ ਆਪਾਂ ਕਹਿੰਦੇ ਯਾਰ ਇਹ ਵਧੀਆ ਫੈਟ ਨਹੀਂ ਇਹਨਾਂ ਦੇ ਵਿੱਚ CLA ਫੈਟ ਨਹੀਂ ਇਹਨਾਂ ਦੇ ਵਿੱਚ ਓਮੇਗਾ 3 ਫੈਟ ਨਹੀਂ ਗੰਦੀ ਫੈਟ ਆ ਹੋ ਗਿਆ ਹੁਣ ਕਾਰਬੋਹਾਈਡ੍ਰੇਟ ਦੇ ਵਿੱਚ ਆਪਾਂ ਨੂੰ ਇੱਦਾਂ ਦੀ ਕਾਰਬ ਚਾਹੀਦੇ ਨੇ ਜਿਹਦੇ ਵਿੱਚ ਪਿਓਰ ਕਾਰਬ ਹੋਵੇ ਅਤੇ ਨਾਲ ਪੋਟਾਸ਼ੀਅਮ ਹੋਵੇ ਜੀ ਹਾਂ ਪੋਟਾਸ਼ੀਅਮ ਮੇਨ ਤੁਸੀਂ ਮੰਨ ਕੇ ਚੱਲਣਾ ਮੰਨ ਲਓ ਜੇ ਤੁਸੀਂ 100 ਗ੍ਰਾਮ ਆਲੂ ਖਾਂਦੇ ਹੋ ਜਾਂ ਸਵੀਟ ਪੋਟੈਟੋ ਖਾਂਦੇ ਹੋ ਤੁਹਾਨੂੰ 400 ਮਿਲੀਗ੍ਰਾਮ ਪੋਟਾਸ਼ੀਅਮ ਮਿਲਦਾ ਪੋਟਾਸ਼ੀਅਮ ਦੀ ਡੇਲੀ ਡੋਜ਼ ਕੀ ਆ 4500 ਤੋਂ ਲੈ ਕੇ 5000 mg ਆਪਾਂ ਨੂੰ ਡੇਲੀ ਦਾ ਪੋਟਾਸ਼ੀਅਮ ਚਾਹੀਦਾ ਪੋਟਾਸ਼ੀਅਮ ਕੀ ਕਰਦਾ ਪੋਟਾਸ਼ੀਅਮ ਜਿਹੜੇ ਪ੍ਰੋਟੀਨ ਆ ਆਪਣਾ ਪ੍ਰੋਟੀਨ ਤੋਂ ਅਮੀਨੋ ਬਣਦੇ ਨੇ ਉਹਨਾਂ ਨੂੰ ਮਸਲ ਦੇ ਵਿੱਚ ਡਿਲੀਵਰ ਕਰਨ ਦੇ ਵਿੱਚ ਇਹ ਮਿਨਰਲ ਦਾ ਬਹੁਤ ਜ਼ਿਆਦਾ ਰੋਲ ਆ ਜੇ ਤੁਹਾਡੇ ਬੋਡੀ ਦੇ ਵਿੱਚ ਇਹਨਾਂ ਪੋਟਾਸ਼ੀਅਮ ਨਹੀਂ ਹੈਗਾ ਤੁਹਾਡੀ ਬੋਡੀ ਤੁਹਾਡੇ ਮਸਲ ਸੈੱਲ ਦੇ ਵਿੱਚ ਉਹ ਜਿਹੜੇ ਪ੍ਰੋਟੀਨ ਨੇ ਉਹ ਅਬਜ਼ੋਰਬ ਨਹੀਂ ਹੋਣੇ ਕਿਉਂਕਿ ਪੋਟਾਸ਼ੀਅਮ ਬੋਡੀ ਦੇ ਵਿੱਚ ਇੱਦਾਂ ਦੇ ਇਨਜ਼ਾਈਮ ਕ੍ਰੀਏਟ ਕਰਦਾ ਜੋ ਉਹ ਅਮੀਨੋ ਨੂੰ ਮਸਲ ਸੈੱਲ ਦੇ ਵਿੱਚ ਡਿਲੀਵਰ ਕਰਦੇ ਨੇ ਜਿਵੇਂ ਇੰਸੂਲਿਨ ਕਰਦਾ ਜੇ ਤੁਸੀਂ ਇੰਸੂਲਿਨ ਰੈਸਿਸਟੈਂਸ ਵੀ ਹੋ ਪੋਟਾਸ਼ੀਅਮ ਹੈਲਪ ਕਰਦਾ ਤੁਹਾਨੂੰ ਉਹ ਚੀਜ਼ ਤੋਂ ਰਿਕਵਰ ਆਉਣ ਦੀ ਮਤਲਬ ਕੋਈ ਵੀ ਤੁਸੀਂ ਕਾਰਬੋਹਾਈਡ੍ਰੇਟਸ ਖਾਂਦੇ ਹੋ ਜਿਵੇਂ ਮੈਂ ਆਲਵੀਜ਼ ਕਹਿੰਦਾ ਰਹਿੰਦਾ ਉਹਦਾ ਗਲੂਕੋਸ਼ ਬਣਦਾ ਉਹਦਾ ਪ੍ਰੋਸੈਸ ਇਹ ਹੁੰਦਾ ਕਾਰਬੋਹਾਈਡ੍ਰੇਟਸ ਖਾ ਲਿਆ ਚੌਲ ਰੋਟੀ ਚਾਹੇ ਤੁਸੀਂ ਸਵੀਟ ਪੋਟੈਟੋ ਗਲੂਕੋਸ਼ ਬਣਨਾ ਪਰਪਜ਼ ਕੀ ਹੁੰਦਾ ਬਲੱਡ ਦੇ ਵਿੱਚ ਗਲੂਕੋਸ਼ ਬਣ ਗਿਆ ਸ਼ੂਗਰ ਬਣ ਗਈ ਅੱਗੇ ਕੀ ਪ੍ਰੋਸੈਸ ਆ ਪੈਨਕੀਰੀਆ ਨੇ ਇੰਸੂਲਿਨ ਰਿਲੀਜ਼ ਕਰਿਆ ਜਿਹੜਾ ਹਾਰਮੋਨਸ ਆ ਠੀਕ ਆ ਜੀ ਉਹਨੇ ਉਹ ਬਲੱਡ ਦੇ ਵਿੱਚੋਂ ਸ਼ੂਗਰ ਕੱਢ ਕੇ ਮਸਲ ਸੈੱਲ ਦੇ ਵਿੱਚ ਪਹੁੰਚਾਉਣੀ ਆ ਜਾਂ ਬ੍ਰੇਨ ਤੱਕ ਜਾਂ ਬੋਡੀ ਦੇ ਸਾਰੇ ਔਰਗਨਾਂ ਤੱਕ ਐਨਰਜੀ ATP ਠੀਕ ਆ ਜੀ ਅਤੇ ਹੁਣ ਜੇ ਇੰਸੂਲਿਨ ਨਹੀਂ ਪ੍ਰੋਪਰ ਕੰਮ ਕਰੂਗਾ ਫਿਰ ਆਪਣੇ ਮਸਲ ਦੇ ਵਿੱਚ ਉਹ ਚੀਜ਼ਾਂ ਜਾਣਗੀਆਂ ਕਿਵੇਂ ਜਿਵੇਂ ਆਪਾਂ ਆਲਵੇਜ਼ ਕਹਿੰਦੇ ਰਹਿੰਦੇ ਕਿ ਜੇ ਵਾਰ ਵਾਰ ਚੱਕ ਕੇ ਖਾਂਦੇ ਹਾਂ ਕਾਰਬੋਹਾਈਡ੍ਰੇਟਸ ਆਪਾਂ ਵਾਰ ਵਾਰ ਖਾਂਦੇ ਹਾਂ ਵਾਰ ਵਾਰ ਇੰਸੂਲਿਨ ਸਪਾਈ ਕਰਦੇ ਹਾਂ ਠੀਕ ਆ ਜੀ ਸੋ ਕਾਰਬੋਹਾਈਡ੍ਰੇਟ ਦੇ ਨਾਲ ਨਾਲ ਜੇ ਆਪਣੀ ਡਾਈਟ ਦੇ ਵਿੱਚ ਕਾਰਬੋਹਾਈਡ੍ਰੇਟ ਫੂਡ ਦੇ ਵਿੱਚ ਪੋਟਾਸ਼ੀਅਮ ਹੋਵੇ ਆਪਣਾ ਇੰਸੂਲਿਨ ਪ੍ਰੋਪਰ ਕੰਮ ਕਰਦਾ ਫਿਰ ਆਪਣੇ ਜੋ ਮਸਲ ਦੇ ਵਿੱਚ ਉਹ ਗਲੂਕੋਸ਼ ਅਤੇ ਅਮੀਨੋ ਜ਼ਿਆਦਾ ਡਿਲੀਵਰ ਹੁੰਦੇ ਨੇ ਅਤੇ ਹੁਣ ਪੋਟਾਸ਼ੀਅਮ ਲੈਣਾ ਕਿੱਥੋਂ ਆ
ਮੰਨ ਲਓ ਜੇ ਹੁਣ 1 ਕੱਪ ਤੁਸੀਂ ਵਾਈਟ ਰਾਈਸ ਖਾਂਦੇ ਹੋ, ਵਾਈਟ ਰਾਈਸ ਦੇ ਵਿੱਚ 1 ਕੱਪ ਮੰਨ ਲਓ 160 ਗ੍ਰਾਮ ਕੋਕਡ ਰਾਈਸ ਦੇ ਵਿੱਚ 40 ਗ੍ਰਾਮ ਕਾਰਬ ਹੁੰਦੇ ਨੇ, ਪੋਟਾਸ਼ੀਅਮ ਕਿੰਨਾ ਹੁੰਦਾ 50-60 ਸਿਰਫ 50-60 ਮਿਲੀਗ੍ਰਾਮ। ਉੱਥੇ ਤੁਸੀਂ ਆਲੂ ਖਾਂਦੇ ਹੋ ਜਾਂ ਰੈੱਡ ਪੋਟੈਟੋ ਖਾਂਦੇ ਹੋ, ਜਿਹੜੇ ਮੇਰੇ ਫੇਵਰੇਟ ਕਾਰਬ ਸੋਰਸ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਕਲੀਨ ਕਾਰਬ ਨੇ, ਜਾਂ ਫਿਰ ਸਵੀਟ ਪੋਟੈਟੋ ਖਾਂਦੇ ਹੋ, ਸਿਰਫ 100 ਗ੍ਰਾਮ ਬੋਇਲਡ ਸਵੀਟ ਪੋਟੈਟੋ ਜਾਂ ਰੈੱਡ ਪੋਟੈਟੋ ਦੇ ਵਿੱਚ 400 mg ਪੋਟਾਸ਼ੀਅਮ ਹੁੰਦਾ, 20 ਕਾਰਬ ਹੁੰਦੇ ਨੇ। ਜੇ ਮੰਨ ਲਓ ਤੁਸੀਂ 4700 mg ਤੱਕ ਲੈਣਾ ਆਪਾਂ ਡੇਲੀ ਦਾ ਪੋਟਾਸ਼ੀਅਮ, ਠੀਕ ਹੈ। ਜੇ ਤੁਸੀਂ 200 ਗ੍ਰਾਮ ਸਵੀਟ ਪੋਟੈਟੋ ਲੈਂਦੇ ਹੋ ਜਾਂ ਰੈੱਡ ਪੋਟੈਟੋ ਖਾਂਦੇ ਹੋ ਆਲੂ ਬੋਇਲ ਕਰਕੇ, ਠੀਕ ਹੈ, ਤੁਹਾਨੂੰ 40 ਗ੍ਰਾਮ ਕਾਰਬ ਮਿਲਦਾ, ਉਹਦੇ ਵਿੱਚੋਂ ਤੁਹਾਨੂੰ ਲਗਭਗ ਦੇਖ ਲਓ ਤੁਸੀਂ 800-700 ਗ੍ਰਾਮ ਪੋਟਾਸ਼ੀਅਮ ਮਿਲਦਾ, ਫਿਰ ਕਿਤੇ ਜਾ ਕੇ ਤੁਹਾਡੀ ਜਿਹੜੀ ਪੋਟਾਸ਼ੀਅਮ ਦੀ ਡੇਲੀ ਰੈਕਮੈਂਡ ਉਹ ਪੂਰੀ ਹੋਊਗੀ। ਜੇ ਪੋਟਾਸ਼ੀਅਮ ਮਿਲਦਾ ਫਿਰ ਤੁਹਾਡੀ ਬੋਡੀ ਦੇ ਵਿੱਚ ਉਹ ਜ਼ਰੂਰੀ ਆ, ਉਹਨੇ ਜਿਹੜੇ ਅਮੀਨੋ ਨੇ ਜਾਂ ਗਲਾਈਕੋਜਨ ਆ ਸਾਰਾ ਕੁਛ ਮਸਲਾਂ ਦੇ ਵਿੱਚ ਜਾ ਕੇ ਹੋਲਡ ਕਰਕੇ ਤੁਹਾਡੀ ਹੈਲਪ ਕਰਨੀ ਆ। ਜਿਹੜਾ ਪੋਟਾਸ਼ੀਅਮ ਤੁਹਾਡੀ ਡਾਇਟ ਦੇ ਵਿੱਚ ਜੇ ਨਹੀਂ ਹੈਗਾ, ਤੁਹਾਡੇ ਮਸਲਾਂ ਦੇ ਵਿੱਚ ਗਲਾਈਕੋਜਨ ਅਮੀਨੋ ਉਹਨੇ ਹੋਲਡ ਨਹੀਂ ਹੋਣੇ, ਅਤੇ ਤੁਹਾਨੂੰ ਪੰਪ ਵੀ ਨਹੀਂ ਮਿਲਣਾ, ਕਿਉਂਕਿ ਜਾਂ ਮਸਲ ਕੰਟਰੈਕਸ਼ਨ ਹੁੰਦੀ ਆ ਉੱਥੇ ਸੋਡੀਅਮ ਪੋਟਾਸ਼ੀਅਮ ਪੰਪ ਕਹਿੰਦੇ ਨੇ ਉਹਨੂੰ, ਸੋਡੀਅਮ ਪੋਟਾਸ਼ੀਅਮ ਪੰਪ ਕੀ ਵਿੱਚ ATP ਬਣਦੀ ਆ। ਜੇ ਤੁਹਾਡਾ ਸੋਡੀਅਮ ਪੋਟਾਸ਼ੀਅਮ ਅਨਬੈਲਸ ਆ, ਤੁਸੀਂ ਸੋਡੀਅਮ ਜ਼ਿਆਦਾ ਖਾਂਦੇ ਹੋ, ਮੰਨ ਲਓ ਹੁਣ ਆਪਾਂ ਲੂਣ ਹਰ ਇੱਕ ਮੀਲ ਦੇ ਵਿੱਚ ਲੂਣ ਖਾਂਦੇ ਹਾਂ, ਉਹਦੀ ਰੇਸ਼ੀਓ ਪਤਾ ਕੀ ਹੁੰਦੀ ਆ, ਜੇ ਤੁਸੀਂ 2500 mg ਦਿਨ ਦਾ ਮਤਲਬ 1 ਚਮਚਾ ਸਾਲਟ ਦਾ ਖਾਂਦੇ ਹੋ ਤਾਂ ਤੁਸੀਂ ਲਾ ਲਓ ਸਾਹਿਬ 4700 mg ਆਪਾਂ ਨੂੰ ਪੋਟਾਸ਼ੀਅਮ ਚਾਹੀਦਾ। ਆਪਣੇ ਕੋਲ ਪੋਟਾਸ਼ੀਅਮ ਹੈ ਨਹੀਂ, ਆਪਾਂ ਪੋਟਾਸ਼ੀਅਮ ਫੂਡ ਖਾਂਦੇ ਨਹੀਂ। ਪੋਟਾਸ਼ੀਅਮ ਕੀ ਚੋਂ ਮਿਲਦਾ ਤੁਹਾਨੂੰ ਪਤਾ, ਜਾਂ ਤਾਂ ਬਨਾਨਾ 'ਚ ਹੁੰਦਾ ਜਾਂ ਫਿਰ ਰੈੱਡ ਪੋਟੈਟੋ ਜਾਂ ਸਵੀਟ ਪੋਟੈਟੋ 'ਚ ਹੁੰਦਾ ਜ਼ਿਆਦਾ, ਜਾਂ ਫਿਰ ਵੈਜੀਟੇਬਲ 'ਚ ਹੁੰਦਾ, ਚਿਕਨ 'ਚ ਵੀ ਹੁੰਦਾ, ਫਿਸ਼ 'ਚ ਵੀ ਹੁੰਦਾ। 100 ਗ੍ਰਾਮ ਚਿਕਨ ਦੇ ਵਿੱਚ 400 ਹੁੰਦਾ, ਠੀਕ ਹੈ ਜੀ, ਅਤੇ 100 ਗ੍ਰਾਮ ਫਿਸ਼ ਦੇ ਵਿੱਚ ਵੀ ਸੇਮ ਹੁੰਦਾ। ਜੇ ਬਰੋਕਲੀ ਕੌਲੀਫਲਾਵਰ ਗੋਭੀ ਖਾਂਦੇ ਹੋ, ਵੈਜੀਟੇਬਲ ਖਾਂਦੇ ਹੋ, 100-150 ਗ੍ਰਾਮ ਇਹਨਾਂ ਵਿੱਚ 300-400 ਗ੍ਰਾਮ ਹੁੰਦਾ। ਹੁਣ ਤੁਸੀਂ ਲਾ ਲਓ ਸਾਹਿਬ ਤੁਹਾਨੂੰ 4700 ਚਾਹੀਦਾ। ਸਪਲੀਮੈਂਟ ਤੁਸੀਂ ਕਦੇ ਐਡ ਨਹੀਂ ਕਰਨਾ, ਪੋਟਾਸ਼ੀਅਮ ਦਾ ਸਪਲੀਮੈਂਟ ਨਹੀਂ ਐਡ ਕਰਨਾ, ਕਿਉਂਕਿ ਜੇ ਸਪਲੀਮੈਂਟ ਐਡ ਕਰਦੇ ਹੋ ਡੇਂਜਰਸ ਸਿਚੁਏਸ਼ਨ ਹੋ ਸਕਦੀ ਆ, ਜ਼ਿਆਦਾ ਪੋਟਾਸ਼ੀਅਮ ਵੀ ਮਾੜਾ, ਫੂਡ 'ਚੋਂ ਲੈਣਾ ਜਿੰਨਾ ਲੈਣਾ। ਜੇ ਤੁਹਾਡੀ ਡਾਇਟ ਦੇ ਵਿੱਚ ਸੋਡੀਅਮ ਪੋਟਾਸ਼ੀਅਮ ਅਨਬੈਲਸ ਆ, ਠੀਕ ਆ, ਫਿਰ ਤੁਹਾਡੇ ਮਸਲਾਂ ਦਾ ਜੋ ਕੰਟਰੈਕਸ਼ਨ ਨਹੀਂ ਹੋਣੀ ਹੈਗੀ, ਕੰਟਰੈਕਟ ਨਹੀਂ ਹੋਣੇ ਆਪ 'ਚ, ਕਿਉਂਕਿ ਪੰਪ ਆ, ਕਿਉਂਕਿ ਤੁਹਾਡੇ ਜੋ ਮਸਲ ਦੇ ਸ਼ੈਲ ਦੇ ਵਿੱਚ ਨੇ ਬਿਲੀਅਨ ਦੀ ਸੰਖਿਆ ਦੇ ਵਿੱਚ ਕੁਛ ਪ੍ਰੋਟੀਨ ਐਕਟੀਵਿਟੀਜ਼ ਹੁੰਦੀਆਂ ਨੇ ਇਨਜ਼ਾਈਮਾਂ ਦੀਆਂ, ਜਿਹੜਾ ਉਹਨੂੰ ਪੋਟਾਸ਼ੀਅਮ ਆ ਉਹ ਜਿਹੜੇ ਇਨਜ਼ਾਈਮ ਨੇ ਉਹਨਾਂ ਨੂੰ ਐਕਟੀਵੇਟ ਕਰਦਾ ਤਾਂ ਕਿ ਪ੍ਰੋਟੀਨ ਥੋੜ੍ਹਾ ਮਸਲਾਂ 'ਚ ਡਿਲੀਵਰ ਹੋਵੇ। ਅਤੇ ਹੁਣ ਜਦ ਤੁਹਾਨੂੰ ਜਿੰਮ 'ਚ ਪੰਪ ਮਿਲਦਾ ਉਹ ਤੁਹਾਨੂੰ ਸੋਡੀਅਮ ਪੋਟਾਸ਼ੀਅਮ ਕਰਕੇ ਮਿਲਦਾ, ਕਿਉਂਕਿ ਜਦ ਤੁਸੀਂ ਜਿੰਮ ਦੇ ਵਿੱਚ ਜਾਂਦੇ ਹੋ ਜਾਂ ਫਿਰ ਕੋਈ ਚੀਜ਼ ਨੂੰ ਮਸਲ ਨੂੰ ਕੰਟਰੈਕਟ ਕਰਦੇ ਹੋ, ਫਿਰ ਜਿਹੜੇ ਆਇਓਨ ਹੁੰਦੇ ਨੇ ਉਹ ਬਹੁਤ ਸੰਖਿਆ ਹੁੰਦੀ ਹੈ ਆਇਓਨ ਦੀ, ਜਿਹੜਾ ਹੁਣ ਜਦ ਤੁਹਾਡੀ ਬੋਡੀ ਦੇ ਵਿੱਚ ਮਸਲ ਸੈੱਲ ਦੇ ਵਿੱਚ ਪੋਟਾਸ਼ੀਅਮ ਆਇਓਨ ਜ਼ਿਆਦਾ ਹੁੰਦੇ ਨੇ, ਫਿਰ ਉਹ ਸੋਡੀਅਮ ਆਇਓਨ ਨੂੰ ਬਾਹਰ ਕੱਢ ਦਿੰਦੇ ਨੇ, ਠੀਕ ਹੈ, ਅਤੇ ਫਿਰ ਕੀ ਹੁੰਦਾ, ਫਿਰ ਤੁਹਾਡਾ ਮਸਲ ਕੰਟਰੈਕਟ ਹੁੰਦਾ, ਕਿਉਂਕਿ ਉਹਨਾਂ ਦੀਆਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ 24 ਆਵਰ, ਮਤਲਬ 24 ਘੰਟੇ ਸੋਡੀਅਮ ਪੋਟਾਸ਼ੀਅਮ ਕੰਟਰੈਕਸ਼ਨ ਆ ਮਸਲ ਦੇ ਵਿੱਚੋਂ ਚੱਲਦੀ ਰਹਿੰਦੀ ਆ, ਠੀਕ ਆ, ਤੁਹਾਡਾ ਹਾਰਟ ਵੀ ਪ੍ਰੋਪਰ, ਹਾਰਟ ਦੀ ਰਿਦਮ ਵੀ ਇਹਦੇ ਨਾਲ ਚੱਲਦੀ ਆ। ਜੇ ਤੁਹਾਡਾ ਸੋਡੀਅਮ ਪੋਟਾਸ਼ੀਅਮ ਬੈਲਸ ਨਹੀਂ ਹੈਗਾ, ਤੁਸੀਂ ਸੋਡੀਅਮ ਨਹੀਂ ਲੈਂਦੇ ਜਾਂ ਇਹਨਾਂ ਪੋਟਾਸ਼ੀਅਮ ਨਹੀਂ ਲੈਂਦੇ, ਤੁਸੀਂ ਜਿੰਮ ਦੇ ਵਿੱਚ ਵੀਕ ਫੀਲ ਕਰੇਗੇ ਹੋ, ਤੁਹਾਨੂੰ ਪੰਪ ਨਹੀਂ ਮਿਲਣਾ, ਕਿਉਂਕਿ ਤੁਹਾਡੀ ਡਾਇਟ ਦੇ ਵਿੱਚ ਸੋਡੀਅਮ ਪੋਟਾਸ਼ੀਅਮ ਦੋਨੇ ਚੀਜ਼ਾਂ ਚਾਹੀਦੀਆਂ ਨੇ, ਪਿੰਕ ਸਾਲਟ ਅਤੇ ਡਾਇਟ ਦੇ ਵਿੱਚੋਂ ਪੋਟਾਸ਼ੀਅਮ ਲਓ ਜੇ ਤੁਸੀਂ ਮਸਲ ਫੁੱਲ ਦੇਖਣਾ ਚਾਹੁੰਦੇ ਹੋ, ਕਿਉਂਕਿ ਸੋਡੀਅਮ ਅਤੇ ਪੋਟਾਸ਼ੀਅਮ ਤੋਂ ਬਿਨਾਂ ਤੁਹਾਡੀ ਬੋਡੀ ਦੇ ਵਿੱਚ ਨਾ ਤਾਂ ਗਲਾਈਕੋਜਨ ਡਿਲੀਵਰ ਹੋਣਾ, ਨਾ ਤੁਹਾਡੀ ਬੋਡੀ ਨੇ ਉਨੀ ATP ਬਣਾਉਣੀ ਆ, ਕਿਉਂਕਿ ਕੰਟਰੈਕਸ਼ਨ ਵਿੱਚ ਮੈਂ ਤੁਹਾਨੂੰ ਕਿਹਾ ਮਸਲ ਕੰਟਰੈਕਸ਼ਨ ਵਿੱਚ ਸੋਡੀਅਮ ਪੋਟਾਸ਼ੀਅਮ ਪੰਪ ਬਹੁਤ ਹੈਲਪ ਕਰਦਾ ਆਪਣੀ। ਅਤੇ ਜਿੰਮ ਦੇ ਵਿੱਚ ਫਿਰ ਤੁਸੀਂ ਵੀਕ ਫੀਲ ਕਰੇਂਗੇ, ਠੀਕ ਆ, ਵੇਟ ਨਹੀਂ ਚੱਕ ਜਾਣਾ, ਪੰਪ ਨਹੀਂ ਫੀਲ ਕਰਨਾ। ਅਮੀਨੋ ਅਤੇ ਗਲਾਈਕੋਜਨ ਜਦ ਕੁਛ ਖਾਂਦੇ ਹਾਂ, ਕਾਰਬੋਹਾਈਡ੍ਰੇਟ ਖਾਂਦੇ ਹਾਂ, ਉਹ ਤਾਂ ਗਲਾਈਕੋਜਨ ਬਣਦਾ, ਉਹ ਸਟੋਰ ਹੁੰਦਾ ਮਸਲਾਂ ਦੇ ਵਿੱਚ। ਸਟੋਰ ਕਿਹਨੇ ਕਰਨਾ? ਇੰਸੂਲਿਨ ਨੇ। ਇੰਸੂਲਿਨ ਕਦ ਸਟੋਰ ਕਰੂਗਾ? ਜਦੋਂ ਪ੍ਰੋਪਰ ਕੰਮ ਕਰੂਗਾ। ਪ੍ਰੋਪਰ ਕੰਮ ਕਦ ਕਰੂਗਾ ਇੰਸੂਲਿਨ? ਜ਼ਿਆਦਾ ਆਪਾਂ ਆਪਣੀ ਡਾਇਟ ਦੇ ਵਿੱਚ ਪ੍ਰੋਪਰ ਪੋਟਾਸ਼ੀਅਮ ਹੋਊਗਾ, ਕਿਉਂਕਿ ਉਹ ਜਦ ਇੰਸੂਲਿਨ ਬੈਟਰ ਕੰਮ ਨਹੀਂ ਕਰਦਾ, ਪੋਟਾਸ਼ੀਅਮ ਹੈਲਪ ਕਰਦਾ ਇੰਸੂਲਿਨ ਹਾਰਮੋਨਸ ਨੂੰ ਬੈਟਰ ਕੰਮ ਕਰਾਉਣ ਲਈ। ਅਤੇ ਹੋਰ ਕੀ ਕਰ ਸਕਦੇ ਹਾਂ? ਫਾਸਟਿੰਗ। ਫਾਸਟਿੰਗ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਘੱਟ ਖਾਣਾ ਜੀ, ਭੁੱਖੇ ਰਹਿ ਜਾਓ। ਫਾਸਟਿੰਗ ਦਾ ਮਤਲਬ ਇਹ ਹੁੰਦਾ ਖਾਣਾ ਆਪਣਾ, ਚਾਹੇ ਤੁਸੀਂ 2 ਮੀਲਾਂ 'ਚ 1500-1500 ਕਰਕੇ 3000 ਕੈਲਰੀ ਵੀ ਲੈ ਲਓ, ਖਾਣਾ ਤੁਸੀਂ 2 ਵਾਰ ਆ, ਖਾਣਾ ਆਪਣਾ ਵਧੀਆ ਪ੍ਰੋਪਰ ਪੂਰੇ ਸੈਟਿਸਫਾਈ ਹੋ ਕੇ ਖਾਓ। ਫਾਸਟਿੰਗ ਦਾ ਮਤਲਬ ਇਹ ਹੁੰਦਾ ਕਿ 2 ਵਾਰ ਖਾਣਾ ਜਾਂ 3 ਵਾਰ ਖਾਣਾ ਜਾਂ 1 ਵਾਰ ਖਾਣਾ, ਕਿ ਬਾਰ ਬਾਰ ਇੰਸੂਲਿਨ ਨੂੰ ਸਪਾਈਕ ਨਹੀਂ ਕਰਨਾ, ਕਿਉਂਕਿ ਜਦ ਵੀ ਕੁਛ ਕਾਰਬੋਹਾਈਡ ਖਾਂਦੇ ਆ, ਚਾਹੇ ਥੋੜ੍ਹੀ ਜਿਹੀ ਖਾ ਲਿਆ, ਚਾਹੇ ਇੱਕ ਬ੍ਰੈਡ ਦਾ ਪੀਸ ਖਾ ਲਿਆ, ਬਲੱਡ ਸ਼ੂਗਰ ਆਪਾਂ ਚਲੇ ਗਿਆ ਗਲੂਕੋਸ਼, ਕਿਉਂਕਿ ਗਲੂਕੋਸ਼ ਮੰਨਦਾ ਇੰਸੂਲਿਨ ਨੇ ਆਉਣਾ, ਉਹਨੇ ਸਪਾਈਕ ਹੋਣਾ। ਜਿੰਨੀ ਵਾਰ ਜੇ 6 ਵਾਰ 7 ਵਾਰ 10-10 ਵਾਰ
ਦਿਨ ਦੇ ਵਿੱਚ ਇੰਸੂਲਿਨ ਨੂੰ ਸਪਾਈ ਕਰਦੇ ਹੋ, ਵਾਰ ਵਾਰ ਬਲੱਡ ਸ਼ੂਗਰ ਅੱਪ ਜਾਂਦਾ, ਇੰਸੂਲਿਨ ਰੈਸਿਸਟੈਂਸ ਬਣ ਜਾਂਦੇ ਆ। ਮਤਲਬ ਕੀ ਹੈ, ਹੁਣ ਇੰਸੂਲਿਨ ਤੋਂ ਉਹ ਜਿਹੜੀ ਬਲੱਡ ਦੇ ਵਿੱਚ ਸ਼ੂਗਰ ਆ ਉਹ ਲਿਜਾ ਕੇ ਮਸਲਾਂ 'ਚ ਡਿਲੀਵਰ ਨਹੀਂ ਕਰੂੰਦੀ। ਫਿਰ ਜੇ ਦੋ ਵਾਰ ਖਾਂਦੇ ਹੋ ਓਨਲੀ ਇੰਸੂਲਿਨ ਤੋਂ ਦੋ ਵਾਰ ਕਾਵਾ ਲੈਣਾ। ਮੋਰਨਿੰਗ ਮੀਲ ਖਾਧੀ, ਇੰਸੂਲਿਨ ਨੇ ਆਪਣੀ ਜੋਬ ਆ ਜਿਹੜੀ ਪ੍ਰੋਪਰ ਡਨ ਕਰਨੀ ਆ, ਮਸਲਾਂ ਦੇ ਵਿੱਚ ਗਲੂਕੋਜ਼ ਅਤੇ ਅਮੀਨੋ ਡਿਲੀਵਰ ਕਰਨਾ। ਜੇ ਤੁਹਾਡੀ ਡਾਇਟ ਦੇ ਵਿੱਚ ਵੈਜੀਟੇਬਲ ਆ ਜਾਂ ਫਿਰ ਸਵੀਟ ਪੋਟੈਟੋ ਜਾਂ ਰੈੱਡ ਪੋਟੈਟੋ ਵਰਗੇ ਗੁੱਡ ਕਾਰਬ ਨੇ, ਠੀਕ ਆ। ਅਤੇ ਜੇ ਸ਼ਾਮ ਨੂੰ ਫਿਰ ਖਾਏਂਗੇ ਉਹੀ ਚੀਜ਼ 7-8 ਘੰਟੇ ਦਾ, ਫਿਰ ਫਾਸਟ ਹੋ ਗਿਆ, ਫਿਰ ਇੰਸੂਲਿਨ ਨੇ ਪ੍ਰੋਪਰ ਕੰਮ ਕਰਨਾ ਉੱਥੇ। ਅਤੇ ਮੈਂ ਤਾਂ ਹੀ ਕਹਿੰਦਾ ਨਾ ਵੀ ਕਿ ਕਾਰਬੋਹਾਈਡਰੇਟਸ ਵੀ ਜ਼ਿਆਦਾ ਲੋੜ ਨਹੀਂ ਹੁੰਦੀ। ਮੈਂ ਇਹ ਨਹੀਂ ਕਹਿੰਦਾ ਕਿ ਜ਼ਿਆਦਾ ਹੀ ਕਾਰਬੋਹਾਈਡਰੇਟ ਖਾ ਲਓ। ਦਿਨ ਦੇ ਵਿੱਚ ਜੇ ਤੁਸੀਂ 50 ਤੋਂ ਲੈ ਕੇ ਪਰ ਮੀਲ 50 ਤੋਂ 60 ਗ੍ਰਾਮ ਕਾਰਬੋਹਾਈਡਰੇਟ ਖਾਂਦੇ ਹੋ ਅਕੋਰਡਿੰਗ ਟੂ ਤੁਹਾਡੇ ਗੋਲ, ਮਸਲ ਬਿਲਡ ਦੀ ਗੱਲ ਕਰਦਾ ਜਿਹੜੇ ਕਾਫੀ ਸਕਿਨੀ ਨੇ, ਜੇ ਤੁਸੀਂ ਫੈਟ ਹੋ ਫਿਰ ਤਾਂ ਤੁਹਾਡੇ ਡਿਫਰੈਂਟ ਗੋਲ ਹੁੰਦੇ ਨੇ। ਜੇ ਬਾਹਲੀ ਓਵਰ, ਕਿਉਂਕਿ ਹਰ ਇੱਕ ਬੰਦੇ ਦੇ ਜ਼ਿਆਦਾ ਗੋਲ ਮਸਲ ਬਿਲਡ ਨਹੀਂ ਹੁੰਦਾ, ਕਿਉਂਕਿ ਜੇ ਹੁਣ 120-30 ਕਿਲੋ ਦਾ ਕੋਈ ਹੈ ਨਾ ਬੰਦਾ, ਪਹਿਲਾਂ ਉਹਨੇ ਮੇਨ ਇਹ ਚੀਜ਼ ਸੋਚਣੀ ਆ ਕਿ ਵੇਟ ਲੋਸ ਕਰੇ। ਵੇਟ ਲੋਸ ਵੀ ਤਾਂ ਹੀ ਹੋਊਗਾ ਜੇ ਪੋਟਾਸ਼ੀਅਮ ਤੁਹਾਡੀ ਡਾਇਟ 'ਚ ਐਡ ਹੋਊਗਾ, ਕਿਉਂਕਿ ਪੋਟਾਸ਼ੀਅਮ ਤੁਹਾਡੀ ਬਾਡੀ 'ਚੋਂ ਐਕਸਟਰਾ ਜਿਹੜਾ ਸਾਲਟ ਆ ਜਾਂ ਫਿਰ ਸੋਡੀਅਮ ਆ ਸੋਰੀ ਉਹਨੂੰ ਬਾਹਰ ਕੱਢਦਾ। ਜੇ ਤੁਹਾਡੀ ਡਾਇਟ ਦੇ ਵਿੱਚ ਪੋਟਾਸ਼ੀਅਮ ਨਹੀਂ ਹੈਗਾ ਫਿਰ ਤੁਹਾਡੀ ਬਾਡੀ ਨੇ ਵਾਟਰ ਹੋਲਡ ਕਰੀ ਰੱਖਣਾ, ਠੀਕ ਆ। ਸੋ ਤਾਂ ਹੀ ਜੋ ਬਾਡੀ ਬਿਲਡਿੰਗ ਦੇ ਵਿੱਚ ਲਾਸਟ ਪਿਛਲੇ ਦਿਨਾਂ ਦੇ ਵਿੱਚ ਜਾਂ ਕਾਰਬ ਲੋਡ ਕਰਦੇ ਨੇ ਸਵੀਟ ਪੋਟੈਟੋ ਜ਼ਿਆਦਾ ਐਡ ਕਰਦੇ ਨੇ ਉਹ ਉੱਥੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਪੋਟਾਸ਼ੀਅਮ ਆ, ਸਟੋਰ ਵੀ ਮਸਲਾਂ 'ਚ ਜਾ ਕੇ ਛੇਤੀ ਹੋਊਗਾ। ਤਾਂ ਹੀ ਮੈਂ ਕਹਿੰਦਾ ਨਾ ਕਿ ਇਹ ਕਾਰਬੋਹਾਈਡਰੇਟਸ ਦੇ ਬੈਸਟ ਫੂਡ ਨੇ। ਸਿੰਪਲ ਪੋਟੈਟੋ ਹੋ ਗਿਆ, ਰੈੱਡ ਪੋਟੈਟੋ ਹੋ ਗਏ, ਸਵੀਟ ਪੋਟੈਟੋ ਹੋ ਗਏ, ਤਿੰਨ ਇਹ ਕਾਰਬੋਹਾਈਡਰੇਟਸ ਮੇਰੇ ਫੇਵਰੇਟ ਨੇ, ਕਿਉਂਕਿ ਪਿਓਰ ਕਾਰਬੋਹਾਈਡਰੇਟਸ ਫੂਡ ਆ। ਜਿਵੇਂ ਪ੍ਰੋਟੀਨ ਦੀ ਆਪਾਂ ਗੱਲ ਕਰੀ ਸੀ, ਸੋ ਇਹਦੇ ਵਿੱਚ ਨੋ ਪ੍ਰੋਟੀਨ ਨੋ ਫੈਟ, ਪ੍ਰੋਪਰ ਕਾਰਬੋਹਾਈਡਰੇਟਸ ਲਈ ਬਣਿਆ ਹੋਇਆ। ਹੁਣ ਆਪਾਂ ਇਹ ਇੱਦਾਂ ਦਾ ਫੂਡ ਸਲੈਕਟ ਕਰਿਆ ਜਿਹੜਾ ਪਿਓਰ ਕਾਰਬੋਹਾਈਡਰੇਟਸ ਆ, ਤੁਹਾਡਾ 4,000 to 5,000 ਤੱਕ ਜੇ ਪੋਟਾਸ਼ੀਅਮ ਬੈਲਸ ਆ ਬਾਡੀ ਦੇ ਵਿੱਚ, ਤਾਂ ਤੁਹਾਨੂੰ ਫਰਕ ਪਤਾ ਲੱਗੂਗਾ ਮਸਲਾਂ 'ਚ, ਮਸਲ ਪੰਪ 'ਚ ਵੀ, ਠੀਕ ਆ। ਸੋ ਦੋਨੇ ਚੀਜ਼ਾਂ ਜ਼ਰੂਰੀ ਨੇ, ਮਿਨਰਲ ਜ਼ਰੂਰੀ ਨੇ, ਠੀਕ ਆ। ਪੋਸਟ ਵਰਕਆਊਟ ਲੈ ਸਕਦੇ ਹੋ ਆਪਣਾ ਫਾਸਟ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਆਪਣੇ ਜਿਹੜਾ ਵਰਕਆਊਟ ਆ ਉਹ ਐਂਡ ਆਫ ਫਾਸਟ ਰੱਖਦਾ ਹੁੰਦਾ। ਸੋ ਵਰਕਆਊਟ ਤੋਂ ਘੰਟਾ ਡੇਢ ਘੰਟਾ ਬਾਅਦ ਮੇਰੀ ਮੀਲ ਦੇ ਵਿੱਚ ਰੈੱਡ ਪੋਟੈਟੋ ਹੁੰਦੇ ਨੇ, ਮਤਲਬ ਜਾਣੀ ਕਿ ਲਾਲ ਆਲੂ ਜਾਂ ਦੂਜੇ ਪੋਟੈਟੋ ਜਾਂ ਸਿੰਪਲ ਜਾਂ ਸਵੀਟ ਪੋਟੈਟੋ ਹੁੰਦੇ ਹੀ ਨੇ, ਹੈਲਪ ਕਰਦਾ ਤੁਹਾਡੇ ਮਸਲ ਗਰੋਥ ਦੇ ਵਿੱਚ, ਠੀਕ ਹੈ। ਸੋ ਇਹ ਸੀ ਇਨਫੋਰਮੇਸ਼ਨ, ਮਿਲਦੇ ਆਪਾਂ ਨੈਕਸਟ ਮੰਥ 'ਚ। ਟੇਕ ਕੇਅਰ ਜੀ, ਬਾਏ ਬਾਏ, ਲਵ ਯੂ ਆਲ। ਸਬਸਕ੍ਰਾਈਬ ਕਰ ਲਿਓ ਚੈਨਲ, ਲਾਈਕ ਕਰ ਦਿਓ, ਕਮੈਂਟਸ ਕਰ ਦਿਓ, ਅਤੇ ਮਿਲਦੇ ਹਾਂ ਨੈਕਸਟ ਮੰਥ 'ਚ।